ਹਾਂਜੀ, ਜੱਟ ਕਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਹਾਂਜੀ, ਅੱਜ ਅਸੀਂ ਗੱਲ ਕਰ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਲੈਂਡ ਸਿੰਗਰ ਸਿੱਧੂ ਮੂਸੇਵਾਲੇ ਬਾਰੇ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੀ, ਸਿੱਧੂ ਮੂਸੇਵਾਲ ਦਾ ਨਵਾਂ ਗੀਤ ਅਟੈਚ ਨੂੰ ਰਿਲੀਜ਼ ਹੋਏ ਨੂੰ ਕਈ ਦਿਨ ਹੋ ਚੁੱਕੇ ਹਨ, ਪਰ ਫਿਰ ਵੀ ਇਹ ਟ੍ਰੈਂਡਿੰਗ ਲਿਸਟ ਨੰਬਰ 2 ਉੱਤੇ ਬਣਿਆ ਹੋਇਆ ਹੈ। ਅਤੇ ਸਿੱਧੂ ਮੂਸੇਵਾਲ ਦਾ ਇਹ ਅਟੈਚ ਸੌਂਗ ਲਗਾਤਾਰ ਹੀ ਨਵੇਂ ਤੋਂ ਨਵੇਂ ਰਿਕਾਰਡ ਬਣਾਉਂਦਾ ਜਾ ਰਿਹਾ ਹੈ। ਹਾਂਜੀ, ਇਸ ਗੀਤ ਉੱਤੇ ਹੁਣ ਤੱਕ 17 ਮਿਲੀਅਨ ਵਿਊ ਆ ਚੁੱਕੇ ਹਨ ਅਤੇ 1.5 ਮਿਲੀਅਨ ਲਾਈਕ ਅਤੇ 2 ਲੱਖ ਤੋਂ ਉੱਪਰ ਕਮੈਂਟ ਵੀ ਆ ਚੁੱਕੇ ਹਨ, ਜੋ ਸਿੱਧੂ ਮੂਸੇਵਾਲ ਦੇ ਫੈਨਾਂ ਦੀ ਪਾਵਰ ਦਾ ਪਤਾ ਲੱਗਦਾ ਹੈ ਕਿ ਚਾਰੇ ਪਾਸੇ ਸਿੱਧੂ ਮੂਸੇਵਾਲ ਦੇ ਗੀਤ ਹੀ ਚਰਚੇ ਹੋ ਰਹੇ ਹਨ। ਹਾਂਜੀ, ਸਿੱਧੂ ਮੂਸੇਵਾਲ ਦਾ ਇਹ ਗੀਤ ਰੀਲਾਂ ਉੱਤੇ ਵੀ ਟ੍ਰੈਂਡਿੰਗ ਕਰ ਰਿਹਾ ਹੈ, ਕਿਉਂਕਿ ਬਹੁਤ ਸਾਰੇ ਫੈਨ ਸਿੱਧੂ ਮੂਸੇਵਾਲ ਦੇ ਇਸ ਉੱਤੇ ਬਹੁਤ ਰੀਲਾਂ ਬਣਾ ਰਹੇ ਹਨ। ਹਾਂਜੀ, ਸਿੱਧੂ ਮੂਸੇਵਾਲ ਦਾ ਇਹ ਗੀਤ ਸੁਪਰ ਡੁਪਰ ਹਿੱਟ ਸਾਬਤ ਹੋਇਆ ਅਤੇ ਲੋਕ ਇਸ ਨੂੰ ਬਹੁਤ ਹੀ ਵੱਡੀ ਗਿਣਤੀ ਵਿੱਚ ਪਸੰਦ ਕਰ ਰਹੇ ਹਨ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੀ, ਸਾਨੀ ਸਿੰਘ ਦਾ ਵੀ ਐਲਬਮ ਰਿਲੀਜ਼ ਹੋਈ ਸੀ, ਪਰ ਸਿੱਧੂ ਮੂਸੇਵਾਲ ਦਾ ਗੀਤ ਉਸ ਤੋਂ ਵੀ ਉੱਪਰ ਬਣਿਆ ਹੋਇਆ ਹੈ ਅਤੇ ਸਾਰੇ ਪਾਸੇ ਸਿੱਧੂ ਮੂਸੇਵਾਲੇ ਦੇ ਗੀਤ ਹੀ ਚਰਚੇ ਹੋ ਰਹੇ ਹਨ। ਤੁਹਾਨੂੰ ਸਿੱਧੂ ਮੂਸੇਵਾਲ ਦਾ ਗੀਤ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਵੀ ਸਿੱਧੂ ਮੂਸੇਵਾਲ ਦੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪੰਜਾਬੀ ਇੰਡਸਟਰੀ ਦੀ ਹਰ ਇੱਕ ਜਾਣਕਾਰੀ ਹਾਸਲ ਕਰ ਸਕੋ। ਧੰਨਵਾਦ।